ਵਿਅਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਸੋ ਵਿਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਕੌਕਸ ਬਾਰੇ ਕਿ ਲਗਭਗ 6 ਸਾਲ ਪਹਿਲਾਂ ਅਮਰੀਕਨ ਕਾਂਗਰਸ ਵਿੱਚ ਸਿੱਖ ਹਿੱਤਾਂ ਦੀ ਰਾਖੀ ਕਰਨ ਲਈ ਜਿਹੜੀ US ਕੰਗਰੈਸ਼ਨਲ ਸਿੱਖ ਕੌਕਸ ਜਿਹੜੀ ਹੈ ਹੋਂਦ ਵਿੱਚ ਆਈ ਸੀ ਇਸ ਵੇਲੇ ਇਸ ਕੌਕਸ ਦੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਹਨ ਔਰ ਇਹਨਾਂ 6 ਸਾਲਾਂ ਵਿੱਚ ਸਿੱਖ ਕੌਕਸ ਨੇ ਸਿੱਖ ਹਿੱਤਾਂ ਨਾਲ ਸੰਬੰਧਿਤ ਬਰੀਫਿੰਗਸ ਜਿਹੜੀਆਂ ਨੇ ਉਹ ਕਰਵਾਈਆਂ ਨੇ ਪੱਤਰ ਲਿਖੇ ਨੇ ਅਤੇ ਹੋਰ ਵੀ ਸਿੱਖ ਮਾਮਲਿਆਂ ਵਿੱਚ ਜਿਹੜਾ ਹੈ ਸ਼ਲਾਘਾਯੋਗ ਪੇਸ਼ਕਦਮੀ ਕੀਤੀ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ 6 ਸਾਲ ਪਹਿਲਾਂ ਹੋਣ ਚ ਆਈ US ਕਾਂਗਰੈਸ਼ਨਲ ਸਿੱਖ ਕੌਕਸ ਉਸ ਦੀਆਂ ਪ੍ਰਾਪਤੀਆਂ ਔਰ ਉਹਦੇ ਸਾਹਮਣੇ ਚੈਲੇਂਜਸ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਦੁਖੀ ਹਿਰਦੇ ਨਾਲ ਇਹ ਖਬਰ ਸ਼ੇਅਰ ਕਰ ਰਹੇ ਹਾਂ ਕਿ ਸਿਆਟਲ ਤੋਂ ਸਾਡੇ ਵੀਰ ਪਰਮਜੀਤ ਸਿੰਘ ਜਿਹੜੇ ਕਿ ਭਾਈ ਰੇਸ਼ਮ ਸਿੰਘ ਹੋਰਾਂ ਦੇ ਛੋਟੇ ਭਰਾਤਾ ਨੇ TV 84 ਦੇ ਖੈਰ ਖਾਂ ਔਰ ਮੈਂ ਜਦੋਂ ਵੀ ਸਿਆਟਲ ਜਾਂਦਾ ਉਹੀ ਮੇਰੇ ਹੋਸਟ ਹੁੰਦੇ ਨੇ ਪਿਛਲੇ ਕੁਛ ਸਮੇਂ ਤੋਂ ਉਹਨਾਂ ਨੂੰ ਬੇਸ਼ੱਕ ਢਿੱਡ 'ਚ ਦਰਦ ਤਾਂ ਸੀ ਡਾਕਟਰਾਂ ਦੇ ਕੋਲ ਜਾਣਾ ਔਰ ਉਹਨਾਂ ਨੇ ਜਿਵੇਂ ਅੱਜ ਕੱਲ੍ਹ COVID-19 'ਚ ਹੋ ਰਿਹਾ ਸਿਮਟੋਮੈਟਿਕ ਟ੍ਰੀਟਮੈਂਟ ਦੇ ਕੇ ਭੇਜ ਦੇਣਾ ਪਰ ਜਦੋਂ ਉਹਨਾਂ ਦਾ ਕੁਛ ਅਰਸੇ ਪਹਿਲਾਂ ਡੀਟੇਲ ਐਗਜ਼ਾਮੀਨੇਸ਼ਨ ਹੋਇਆ ਤਾਂ ਉਹਨਾਂ ਨੂੰ ਕੈਂਸਰ ਦੀ ਨਾਮਰਾਦ ਬਿਮਾਰੀ ਜਿਹੜੀ ਹੈ ਉਹ ਡਾਇਗਨੋਸਿਸ ਹੋਇਆ ਔਰ ਉਹਨਾਂ ਦੀ ਹਾਲਤ ਹੁਣ ਇਨ ਐਂਡ ਆਊਟ ਆਫ ਹੋਸਪਿਟਲ ਵਾਲੀ ਕਾਫੀ ਕ੍ਰਿਟੀਕਲ ਬਣੀ ਹੋਈ ਹੈ ਔਰ ਅਨਫੋਰਚੁਨੇਟਲੀ ਜੇ ਹਾਲਾਤ ਨੋਰਮਲ ਹੁੰਦੇ ਤਾਂ ਮੈਂ ਉਹਨਾਂ ਦੇ ਹਾਜ਼ਰ ਵੀ ਹੁੰਦਾ ਔਰ ਭਾਈ ਰੇਸ਼ਮ ਸਿੰਘ ਜਿਹੜੇ ਉਹਨਾਂ ਦੇ ਬ੍ਰਦਰ ਬੇਕਰਸਫੀਲਡ 'ਚ ਰਹਿੰਦੇ ਨੇ ਉਹ ਉਹਨਾਂ ਦੇ ਕੋਲ ਨੇ ਔਰ ਉਹਨਾਂ ਦੇ ਨਾਲ ਮੇਰਾ ਰਾਬਤਾ ਲਗਭਗ ਰੋਜ਼ਾਨਾ ਬੇਸ 'ਤੇ ਪਿਛਲੇ ਦਿਨਾਂ ਦਾ ਰਿਹਾ ਸੋ ਅਸੀਂ ਜਿਹਨਾਂ ਦੇ ਨਾਲ ਤੁਸੀਂ ਇੱਕ ਉਹ ਸੁਹਾਣਾ ਸਮਾਂ ਗੁਜ਼ਾਰਿਆ ਹੁੰਦਾ ਮੈਂ ਦੇਖਿਆ ਕਿ ਕਿਵੇਂ ਇਹ ਸਾਰਾ ਹੀ ਪਰਿਵਾਰ ਭਾਈ ਰੇਸ਼ਮ ਸਿੰਘ ਹੋਰਾਂ ਦਾ ਉਹਨਾਂ ਦੇ ਬਜ਼ੁਰਗ ਪਿਤਾ ਜੀ ਮਾਤਾ ਜੀ ਇਹ ਪਹਿਲਾਂ LA ਰਹਿੰਦੇ ਸਨ ਉਹਨਾਂ ਦੇ ਕੋਲ ਮੇਰਾ ਜਦੋਂ ਵੀ ਮੈਂ ਜਾਣਾ ਉਦੋਂ ਇਹੀ ਮੇਰੇ ਹੋਸਟ ਹੁੰਦੇ ਸੀ ਸੋ ਇੱਕ ਗੁਰਮੁਖ ਪਰਿਵਾਰ ਜਿਹੜਾ 3 ਜਨਰੇਸ਼ਨਾਂ ਤੋਂ ਇਹਨਾਂ ਦੇ ਦਾਦਾ ਜੀ ਵੀ ਜਿਹੜੇ ਨੇ ਉਹ ਅਕਾਲੀ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਸੋ ਜਿਹੜੇ ਪਰਿਵਾਰ ਸਿੱਖੀ ਨੂੰ ਪਰਨਾਏ ਹੋਏ ਨੇ ਡੂੰਘੇ ਤੌਰ ਦੇ ਉੱਤੇ ਜਿਹੜੇ ਨਿਸ਼ਕਾਮ ਭਾਵਨਾ ਦੇ ਨਾਲ ਪੰਥ ਨੂੰ ਪਿਆਰ ਕਰਦੇ ਨੇ ਇਹ ਉਹਨਾਂ ਪਰਿਵਾਰਾਂ 'ਚੋਂ ਨੇ ਔਰ ਭਾਈ ਪਰਮਜੀਤ ਸਿੰਘ ਜਿਵੇਂ ਉਹਨਾਂ ਦਾ ਨਿਸ਼ਕਾਮ ਭਾਵਨਾ ਵਾਲਾ ਔਰ ਸਿੱਖੀ ਨਾਲ ਜਿਹੜੇ ਗੁੜੁੰਦ ਸੱਚੇ ਸੁੱਚੇ ਇਨਸਾਨ ਔਰ ਅੱਜ ਦੇ ਪੀਰੀਅਡ 'ਚ ਬਹੁਤ ਘੱਟ ਐਸੇ ਲੋਕ ਹੋਣਗੇ ਜਿਹੜੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਨੇ ਪੰਥਕ ਔਰ ਕਿਰਤ ਕਰਨ ਵਾਲੇ ਗੁਰਸਿੱਖ ਸੋ ਅਸੀਂ ਇਹ ਸਤਿਗੁਰੂ ਦੇ ਭਾਣੇ ਦੇ ਵਿੱਚ ਹੀ ਵਾਪਰਦਾ ਇੱਥੇ ਕਾ ਕੇ ਸਾਰੀ ਦਲੀਲ ਔਰ ਹਰ ਚੀਜ਼ ਖਤਮ ਹੋ ਜਾਂਦੀ ਹੈ ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇਣ ਔਰ ਜਿਵੇਂ ਉਹਨਾਂ ਦਾ ਅਸੀਂ ਪਹਿਲਾਂ ਜ਼ਿਕਰ ਨਹੀਂ ਸੀ ਕੀਤਾ ਪਰ ਹੁਣ ਕਿਉਂਕਿ ਪਰਿਵਾਰਕ ਚਾਹਨਾ ਤੋਂ ਇਲਾਵਾ ਬਾਕੀ ਬਹੁਤ ਸਾਰਿਆਂ ਨੇ ਵੀ ਇਕੱਲੇ ਇਕੱਲੇ ਨੇ ਕਾਲ ਕਰਕੇ ਪੁੱਛਿਆ ਵੀ ਹੈ ਕਿਹਾ ਵੀ ਹੈ ਸੋ ਮੈਂ ਸਮਝਦਾ ਵੀ ਅਰਦਾਸ ਦੇ ਵਿੱਚ ਬਲ ਹੁੰਦਾ ਹੈ ਦੁਆ ਦੇ ਵਿੱਚ ਤਾਕਤ ਹੁੰਦੀ ਹੈ ਸੋ ਅਸੀਂ ਹੋਰ ਤਾਂ ਪਰਿਵਾਰ ਨਾਲ ਕੋਈ ਦੁੱਖ ਸੁੱਖ ਸ਼ੇਅਰ ਨਹੀਂ ਕਰ ਸਕਦੇ ਉਹਨਾਂ ਦੀ ਖਿਦਮਤ 'ਚ ਹਾਜ਼ਰ ਨਹੀਂ ਹੋ ਸਕਦੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਸਤਿਗੁਰੂ ਰਹਿਮਤ ਕਰਨ ਦੇਖੋ ਅਮਰੀਕਨ ਸਿਸਟਮ ਖਾਸ ਤੌਰ 'ਤੇ ਲੋਬੀ ਦਾ ਇਹ ਬਿਲਕੁਲ ਡਿਫਰੈਂਟ ਹੈ ਜਿਵੇਂ ਕਿਉਂਕਿ ਇਹਨਾਂ ਦਾ ਅਮੈਰੀਕਨ ਸਿਸਟਮ ਪ੍ਰੈਜ਼ੀਡੈਂਸ਼ੀਅਲ ਸਿਸਟਮ US ਕਾਂਗਰੈਸ਼ਨਲ ਸਿਸਟਮ ਇਹ ਆਲ ਟੂਗੈਦਰ ਡਿਫਰੈਂਟ ਹੈ ਕੈਨੇਡਾ ਜਾਂ ਇੰਗਲੈਂਡ ਜਾਂ ਉਹਦੇ ਪੈਟਰਨ ਦੇ ਉੱਤੇ ਹੀ ਇੰਡੀਆ ਪਾਕਿਸਤਾਨ ਉਹਨਾਂ ਦਾ ਵੀ ਪਾਰਲੀਮੈਂਟਰੀ ਸਿਸਟਮ ਹੈ ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਮਰੀਕਨ ਪ੍ਰੈਜ਼ੀਡੈਂਟ ਸਭ ਤੋਂ ਪਾਵਰਫੁਲ ਐਂਟੀਟੀ ਹੈ ਦੁਨੀਆ ਦੇ ਵਿੱਚ ਔਰ ਡਾਇਰੈਕਟ ਇਲੈਕਸ਼ਨ ਹੁੰਦੀ ਹੈ ਇਲੈਕਟਰਲ ਕਾਲਜ ਹੁੰਦਾ ਔਰ ਇਸ ਵਾਰ ਤਾਂ ਬਹੁਤ ਸਾਰਿਆਂ ਨੂੰ ਜਾਣਕਾਰੀ ਵੀ ਮਿਲੀ ਕਿ ਕਿਵੇਂ ਪ੍ਰੈਜ਼ੀਡੈਂਸ਼ੀਅਲ ਚੋਣ ਹੁੰਦੀ ਹੈ ਔਰ ਅਜੇ ਵੀ ਜਿਹੜਾ ਕਿਤੇ ਨਾ ਕਿਤੇ ਟਰੰਪ ਨੇ ਫਾਨਾ ਫਸਾ ਕੇ ਰੱਖਿਆ ਲੇਕਿਨ ਹੁਣ ਮੈਨੂੰ ਲੱਗਦਾ ਕਿ ਭਾਈ ਉਹ ਨਿਕਲ ਗਿਆ ਲੱਗਦਾ ਔਰ ਸਮੂਥ ਟ੍ਰਾਂਜ਼ੀਸ਼ਨ ਹੋਏਗੀ ਔਰ US ਕਾਂਗਰਸ ਜਿਹਦੇ 2 ਹਾਊਸਿਸ ਨੇ ਟੁਗੈਦਰ ਵੀ ਉਹਨੂੰ ਕਾਂਗਰਸ ਕਹਿੰਦੇ ਨੇ ਔਰ ਵੈਸੇ ਜਿਹੜਾ ਉਹਨਾਂ ਦਾ ਹਾਊਸ ਆਫ ਰਿਪ੍ਰੈਜੈਂਟੇਟਿਵ ਹੈ ਉਹਨੂੰ ਉਹਦੇ 'ਚ ਜਿਹੜਾ ਮੈਂਬਰ ਹੁੰਦਾ ਹੈ ਉਹਨੂੰ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ ਕਹਿੰਦੇ ਨੇ ਜਿਹਨਾਂ ਦੀ ਟਰਮ 2 ਸਾਲ ਹੁੰਦੀ ਹੈ ਸੈਨੇਟ ਦੇ ਵਿੱਚ ਅਮਰੀਕਾ ਦੀਆਂ 50 ਸਟੇਟਾਂ ਨੇ 2-2 ਸੈਨੇਟਰ ਹਰ ਸਟੇਟ ਦੇ ਹੁੰਦੇ ਨੇ ਔਰ ਉਹਨਾਂ ਦੀ ਟਰਮ 6 ਸਾਲ ਹੁੰਦੀ ਹੈ
ਔਰ ਕਿਉਂਕਿ ਜਿਹੜੇ ਕਾਂਗਰਸਮੈਨ ਨੇ ਉਹ ਵੈਲ ਗਰਾਊਂਡਡ ਹੁੰਦੇ ਨੇ, 2 ਸਾਲ ਬਾਅਦ ਉਹਨਾਂ ਨੇ ਫਿਰ ਚੁਣੇ ਜਾਣਾ ਹੁੰਦਾ ਹੈ ਜਾਂ ਫਿਰ ਇਲੈਕਸ਼ਨ ਫੇਸ ਕਰਨੀ ਹੁੰਦੀ ਹੈ, ਔਰ ਜਿਹੜੇ ਵੀ ਲੋਕ ਜਿਹੜੇ ਉਹਨਾਂ ਦੇ ਹਲਕਾ ਜਿਹਨੂੰ ਸਾਡੇ ਉੱਥੇ ਕਾਂਸਟੀਚੁਐਂਸੀ ਕਹਿੰਦੇ ਨੇ, ਇੱਥੇ ਕਾਂਗਰੈਸ਼ਨਲ ਡਿਸਟ੍ਰਿਕਟ ਕਹਿੰਦੇ ਨੇ, ਔਰ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਜਿਹੜੇ ਉਹਨਾਂ ਦੇ ਹੁੰਦੇ ਨੇ ਲੋਕ, ਜਿਹੜੇ ਉਹਨਾਂ ਦੇ ਮੈਂਬਰ ਨੇ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਜਾਂ ਵੋਟਰ ਨੇ, ਉਹਨਾਂ ਦਾ ਬਹੁਤ ਪ੍ਰਭਾਵ ਹੁੰਦਾ ਉਹਨਾਂ ਦੇ ਉੱਤੇ। ਔਰ ਜ਼ਰੂਰੀ ਨਹੀਂ ਇੱਕ ਤਾਂ ਲੋਕਲ ਜਿਹੜੀ ਪੋਲੀਟਿਕਸ ਦੇ ਵਿੱਚ ਜਿਹਦੇ 'ਚ ਫਾਰਮਰਸ ਦੇ ਕੇ ਦੀ ਗੱਲ ਹੈ ਜਾਂ ਕਿਸੇ ਜੋਬ ਰਿਲੇਟਿਡ ਹੈ, ਕਿਸੇ ਦਾ ਕੋਈ ਹੋਰ ਫਸਿਆ ਹੋਇਆ ਕੰਮ, ਉਹ ਵੀ ਅਪਰੋਚ ਕਰਦੇ ਨੇ ਆਪਣੇ ਕਾਂਗਰਸਮੈਨ ਨੂੰ। ਔਰ ਇੱਥੇ ਪ੍ਰੋਮਪਟ ਉਹਨਾਂ ਦਾ ਇੱਕ ਆਫਿਸ ਕਾਂਗਰਸਮੈਨ ਦਾ DC 'ਚ ਹੈ, ਇੱਕ ਉਹਨਾਂ ਦੇ ਜਿਹੜੇ ਕਾਂਗਰੈਸ਼ਨਲ ਡਿਸਟ੍ਰਿਕਟ 'ਚ ਹੁੰਦੇ ਨੇ ਉਹਦੇ 'ਚ ਉਹਨਾਂ ਦਾ ਆਫਿਸ ਹੁੰਦਾ। ਫਿਰ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ, ਜੇ ਬੈਕ ਹੋਮ ਉਹਨਾਂ ਦੇ ਮੁਲਕਾਂ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਜਿਹਦੇ 'ਚ ਕਿ ਉਹਨਾਂ ਦੇ ਭਰਾ ਰਿਸ਼ਤੇਦਾਰ ਦੂਜੇ ਤੀਜੇ ਪ੍ਰਭਾਵਿਤ ਹੁੰਦੇ ਨੇ, ਫਿਰ ਵੀ ਉਹ ਕਾਂਗਰਸਮੈਨ ਨੂੰ ਕਹਿੰਦੇ ਨੇ ਕਿ ਭਾਈ ਚਿੱਠੀ ਲਿਖੋ ਇਸ ਦੇ ਉੱਤੇ ਜਾਂ ਇਸ ਦੇ ਇਸ ਇਸ਼ੂ ਨੂੰ ਉਠਾਓ। ਇਸ ਕਿਸਮ ਦੀਆਂ, ਕਿਉਂਕਿ ਅਮਰੀਕਾ 'ਚ 300 ਤੋਂ ਜ਼ਿਆਦਾ ਐਥਨੀਸਿਟੀ ਦੇ ਲੋਕ ਨੇ, ਸੋ ਦੁਨੀਆ 'ਚ ਅਰਮੀਨੀਆ 'ਚ ਕੀ ਹੋ ਰਿਹਾ, ਅਰਮੀਨੀਆ ਲੌਬੀ ਇੱਥੇ ਬੜੀ ਸਟਰੋਂਗ ਹੈ ਕਿ ਭਾਈ ਅਰਮੀਨੀਆ ਜੈਨੋਸਾਈਡ ਬਾਰੇ ਆਵਾਜ਼ ਚੁੱਕੋ, ਇਸੇ ਤਰ੍ਹਾਂ ਬਾਕੀ ਮੁਲਕਾਂ 'ਚ ਵੀ ਹੈ। ਹੁਣ ਸਿੱਖ ਬੇਸ਼ੱਕ ਇੱਥੇ 125 ਸਾਲ ਤੋਂ ਆਏ ਹੋਏ ਨੇ, 19th century ਐਂਡ ਦੇ ਵਿੱਚ ਸਿੱਖ ਅਮਰੀਕਾ 'ਚ ਆਉਂਦੇ ਨੇ, ਲੰਬੀ ਇੱਕ ਸਟਰਗਲ ਹੈ, ਜਦੋਂ ਜਾਇਦ ਹੈ, ਇੱਕ ਪੀਰੀਅਡ ਵੋਟ ਦਾ ਹੱਕ ਵੀ ਨਹੀਂ ਸੀ ਜਿਹੜਾ 1947 ਤੋਂ ਬਾਅਦ ਮਿਲਦਾ, ਐਂਟੀਟੀ ਵੀ ਨਹੀਂ ਸੀ। ਔਰ ਇਹਦੇ ਬਾਵਜੂਦ ਪਹਿਲਾ ਕਾਂਗਰਸਮੈਨ US ਕਾਂਗਰਸ ਦਲੀਪ ਸਿੰਘ ਸੌਂਦ ਇੱਕ ਸਿੱਖ 1950 'ਚ ਬਣਦਾ, 3 terms ਉਹ ਰਹਿੰਦੇ ਨੇ, 3rd term ਵੇਲੇ ਜਦੋਂ ਉਹ ਆਫਿਸ 'ਚ ਹੀ ਸਨ ਉਹਨਾਂ ਨੂੰ ਜਿਹੜਾ ਉਹ ਪੈਰਾਲਿਸਿਸ ਹੁੰਦਾ ਅਤੇ ਉਹਨਾਂ ਦੀ ਡੈਥ ਹੋ ਜਾਂਦੀ। ਲੇਕਿਨ ਔਰ ਇਹਨਾਂ ਦੀ ਡਿਸਟ੍ਰਿਕਟਿੰਗ ਹੁੰਦੀ ਰਹਿੰਦੀ ਹੈ, ਜਿਹਨੂੰ ਰੀਡਿਸਟ੍ਰਿਕਟਿੰਗ ਕਹਿੰਦੇ ਨੇ, ਬਦਲਦੇ ਰਹਿੰਦੇ ਨੇ ਹਾਲਾਤ। ਔਰ ਉਸ ਤੋਂ ਬਾਅਦ ਕਦੇ ਵੀ ਅਸੀਂ ਇਸ ਕੈਪੈਸਿਟੀ, ਹੁਣ ਕੈਨੇਡਾ ਵਰਗੇ ਮੁਲਕ 'ਚ ਵੀ, ਕੈਨੇਡਾ 'ਚ ਉਨੇ ਕੀ ਸਿੱਖ ਨੇ ਜਿੰਨੇ ਕੁ ਅਮਰੀਕਾ 'ਚ ਨੇ, ਪਰ ਕੈਨੇਡਾ 'ਚ ਤੁਸੀਂ ਦੇਖੋਗੇ 16-17 ਮੈਂਬਰ ਪਾਰਲੀਮੈਂਟ ਨੇ, 4 ਵਜ਼ੀਰ ਨੇ, ਕਿਉਂਕਿ ਸਾਰੇ ਕੈਨੇਡਾ ਦੀ ਆਬਾਦੀ 19 ਹੈ ਜਿੰਨੀ ਇਕੱਲੇ ਕੈਲੀਫੋਰਨੀਆ ਦੀ ਹੈ। ਸੋ ਅਮਰੀਕਾ 'ਚ ਇੰਨਾ 3000 ਮੀਲ ਸਪਰੈਡ ਆਊਟ ਮੁਲਕ ਹੈ, ਇੱਥੇ ਤੁਸੀਂ ਇਹ ਤਾਂ ਜਿਹੜਾ ਉਹ ਇੱਕ ਅੱਧਾ ਬਣਾ ਵੀ ਲਓਗੇ, ਪਰ ਅਜੇ ਤੱਕ ਜਿਵੇਂ ਮੈਂ ਕਿਹਾ ਦਲੀਪ ਸਿੰਘ ਸੌਂਦ ਤੋਂ ਬਾਅਦ ਹੁਣ ਬਹੁਤ ਸਾਰੇ ਸ਼ਹਿਰਾਂ 'ਚ ਸਾਡੇ ਮੇਅਰ ਨੇ, ਬੱਚੇ ਬੱਚੀਆਂ ਕੌਂਸਲਮੈਨ ਵੀ ਨੇ ਔਰ ਹੋਰ ਵੀ ਅੱਗੇ ਆ ਰਹੇ ਨੇ। ਲੇਕਿਨ ਔਰ ਜਿਵੇਂ ਨਿਊਜਰਸੀ ਦੇ ਵਿੱਚ ਅਟਾਰਨੀ ਜਨਰਲ ਹੈ ਗਰੇਵਾਲ, ਲੇਕਿਨ ਹੁਣ ਉਹਦੇ ਲਈ ਤੁਹਾਨੂੰ ਜੇ Washington DC 'ਚ ਤੁਸੀਂ ਆਪਣੇ ਇਸ਼ੂ ਵਿਦਇਨ ਕੰਟਰੀ, ਜਿਵੇਂ 9/11 ਤੋਂ ਬਾਅਦ ਹੇਟ ਕ੍ਰਾਈਮ ਔਰ ਬਹੁਤ ਸਾਰੇ ਹੋਰ ਇਸ਼ੂ ਆਏ, ਪਲੱਸ ਜੋ ਭਾਰਤ ਦੇ ਨਕਸ਼ੇ 'ਚ ਚੱਲ ਰਿਹਾ ਸਿੱਖਾਂ ਦੇ ਨਾਲ, ਉਸ ਇਸ਼ੂ ਨੂੰ ਤੁਸੀਂ ਉਠਾਉਣਾ ਅਤੇ ਤੁਸੀਂ ਜਾਂ ਤਾਂ ਇੰਡੀਵਿਜੁਅਲ ਕਾਂਗਰਸਮੈਨ ਨੂੰ ਅਪਰੋਚ ਕਰਦੇ ਹੋ ਜਿਹੜਾ। ਲੇਕਿਨ ਅਮਰੀਕਨ ਸਿਸਟਮ ਦੇ ਵਿੱਚ ਇੱਕ ਜਿਹੜਾ ਬਹੁਤ ਵਾਰੀਆਂ ਜਿਹੜੇ ਇੱਥੇ ਕੌਕਸਿਸ ਨੇ ਜਿਹਨੂੰ ਕੌਕਸ ਕਹਿੰਦੇ ਨੇ, ਕਿਉਂਕਿ ਕੈਨੇਡਾ ਇੰਗਲੈਂਡ ਜਾਂ ਦੂਜੇ 'ਚ ਨਹੀਂ ਹੈ ਅਤੇ ਬਹੁਤਿਆਂ ਨੂੰ ਇਹਦੀ ਸਮਝ ਨਹੀਂ ਹੈ ਵੀ ਇਹ ਕੌਕਸ ਕੀ ਹੁੰਦੀ ਹੈ, ਸੋ ਇਹ ਇੱਕ ਬੜੀ ਪਾਵਰਫੁੱਲ ਔਰ ਉਹਦੇ ਲਈ ਇੱਕ ਪੂਰੀ ਪ੍ਰੋਸੀਜਰ ਹੁੰਦਾ ਜਿਹਦੇ 'ਚੋਂ ਤੁਹਾਨੂੰ ਨਿਕਲਣਾ ਪੈਂਦਾ। ਔਰ ਸਿੱਖਾਂ ਨੇ ਇਹਦੇ ਬਾਵਜੂਦ ਕਿ ਸਾਡਾ ਕੋਈ ਮੁਲਕ ਨਹੀਂ ਹੈ ਇੱਥੇ, ਸਾਰੇ ਮੁਲਕਾਂ ਦੀ ਇੰਡੀਆ ਕੌਕਸ ਹੈ, ਮੁਲਕ ਹੈ ਇੰਡੀਆ ਦਾ, ਇੱਕ ਜ਼ਮਾਨੇ 'ਚ ਪਾਕਿਸਤਾਨ ਕੌਕਸ ਵੀ ਸੀ ਔਰ ਹੋਰ ਮੁਲਕਾਂ ਦੀਆਂ ਵੀ ਨੇ, ਲੇਕਿਨ ਸ਼ਾਇਦ ਯਹੂਦੀਆਂ ਜੂਇਸ਼ ਵਰਲਡ ਦੇ ਨਾਲ ਕੌਕਸ ਜ਼ਰੂਰ ਲੱਗਾ, ਪਰ ਉਹ ਧਰਮ ਬੇਸਡ ਇੱਥੇ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਇਹ ਪ੍ਰੂਵ ਨਾ ਕਰੋ ਕਿ ਤੁਸੀਂ ਰੇਸ ਵੀ ਹੋ, ਤੁਸੀਂ ਦੂਸਰਾ ਵੀ ਹੋ। ਹੁਣ ਇਹ ਇੱਕ ਬਹੁਤ ਵੱਡੀ ਗੱਲ ਸੀ ਕਿ ਲਗਭਗ 6 ਸਾਲ ਪਹਿਲਾਂ, ਸ਼ਾਇਦ July 2014 ਦੇ ਵਿੱਚ, ਜਦੋਂ ਅਮਰੀਕਾ ਦੇ Washington DC 'ਚ ਤੁਹਾਡੇ ਉਹ 2 co-chair ਬਣ ਜਾਂਦੇ ਨੇ ਡੈਮੋਕ੍ਰੈਟਾਂ ਦੇ ਰਿਪਬਲਿਕਨਸ ਦੇ, ਜਿਹੜੇ ਇਸ ਗੱਲ 'ਤੇ ਐਗਰੀ ਕਰਦੇ ਨੇ ਕਿ ਜੀ ਅਸੀਂ ਸਿੱਖ ਹਿੱਤਾਂ ਦੇ ਲਈ US ਕਾਂਗਰੈਸ਼ਨਲ ਸਿੱਖ ਕੌਕਸ ਨੂੰ ਲੀਡ ਕਰਾਂਗੇ। ਇੱਕ ਪ੍ਰੋਸੀਜਰ, ਇੱਕ ਸਾਲ ਤਾਂ ਇਸ ਦੇ ਉੱਤੇ ਹੀ ਡਿਬੇਟ ਹੁੰਦੀ ਰਹੀ ਪਹਿਲਾਂ ਕਿ ਜੀ ਨਹੀਂ ਇਹ ਸਿੱਖ, ਕਿਉਂਕਿ ਧਰਮ ਹੈ ਅਤੇ ਧਰਮ ਬੇਸ ਤਾਂ ਇੱਥੇ ਹੁੰਦਾ ਨਹੀਂ, ਫਿਰ ਅਸੀਂ ਕੀ ਉਹਦੇ ਮਈ, ਕਿਸੇ ਨੇ ਕਿਹਾ ਜੀ ਚਲੋ ਨਾਂ ਬਦਲ ਲਓ ਪੰਜਾਬੀ ਕੌਕਸ ਰੱਖ ਲਓ। ਲੇਕਿਨ ਜਿਹੜੇ ਵੀ ਇਹਦੇ ਇਸ ਨੂੰ ਜਨਮ ਦੇਣ ਵਾਲੇ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਤਹੀਆ ਕੀਤਾ ਹੋਇਆ ਸੀ ਕਿ ਭਾਈ ਇਹਨੂੰ ਅਸੀਂ ਸਿੱਖ ਦੇ ਲਫਜ਼ ਦੇ ਥੱਲੇ ਹੀ ਰੱਖਣਾ। ਔਰ ਜਦੋਂ ਕੌਕਸ ਬਣ ਗਈ ਔਰ ਉਹਦੀ ਸ਼ੁਰੂਆਤ ਹੋਈ, ਪਹਿਲੀ ਉਹਦੀ ਜਿਹੜੀ ਚੇਅਰਪਰਸਨ ਡੈਮੋਕ੍ਰੈਟਾਂ ਵੱਲੋਂ ਆਈ ਜੂਡੀ ਚਾਓ ਸੀ LA ਤੋਂ, ਹੁਣ ਉਸ ਵੇਲੇ ਇੱਥੇ ਅਨੁਪਮਾ ਰਾਓ ਐਂਬੈਸਡਰ ਸੀ ਇੰਡੀਆ ਦੀ ਔਰ ਇੰਡੀਆ ਕੌਕਸ ਐਗਜ਼ਿਸਟ ਕਰਦੀ ਸੀ। ਹੁਣ ਉਹ ਭੱਜੀ ਭੱਜੀ ਗਈ ਅਨੁਪਮਾ ਰਾਓ ਦੇ ਕੋਲ ਕਿ ਜੀ ਆਲਰੇਡੀ ਇੰਡੀਆ ਕੌਕਸ ਐਗਜ਼ਿਸਟ ਕਰਦੀ ਹੈ ਅਤੇ ਤੁਹਾਨੂੰ ਕੀ ਹੈ, ਉਹ ਵੀ ਅਜੇ ਫਸਟ ਟਾਈਮ ਕਾਂਗਰਸ ਵੂਮੈਨ ਸੀ ਜੂਡੀ, ਉਹ ਵੀ ਘਬਰਾਈ, ਉਹਦੀਆਂ ਲੱਤਾਂ ਵੀ ਕੰਬਣ ਲੱਗੀਆਂ।
ਸੋ ਇਵੈਂਚੁਅਲੀ ਇਸ ਗੱਲ ਤੇ ਬਾਵਜੂਦ ਕਿ ਇੰਡੀਅਨ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਭਾਈ ਇਹ ਨਾ ਬਣਾਓ, ਇਹ ਕੌਕਸ ਹੋਣ 'ਚ ਆਈ। ਸੋ ਮੈਂ ਸਮਝਦਾ ਕਿ ਅਮਰੀਕਾ 'ਚ ਯੂ ਐੱਸ ਕਾਂਗਰੈਸ਼ਨਲ ਸਿੱਖ ਕੌਕਸ ਦਾ ਹੋਣਾ, ਜਿਹਦੇ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਜਾਂ ਵਿਮੈਨ ਜਿਹਦੀਆਂ ਮੈਂਬਰ, ਇਹ ਛੋਟੀ ਪ੍ਰਾਪਤੀ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿਹੜਾ ਇਹਨਾਂ ਦਾ ਕੌਕਸ ਦਾ ਮੈਂਡੇਟ ਹੈ ਉਹ ਕੋਈ ਖਾਲਿਸਤਾਨ ਐਸਟੈਬਲਿਸ਼ ਕਰਕੇ ਦੇਣਾ ਨਹੀਂ ਹੈ। ਤੁਸੀਂ ਜਦੋਂ ਵਿਦਇਨ ਸਿਸਟਮ ਕਰਦੇ ਹੋ ਤੁਸੀਂ ਇੱਕ, ਲੇਕਿਨ ਕੱਲ੍ਹ ਨੂੰ ਇਹੀ ਨੈੱਟਵਰਕ ਜਿਹੜਾ ਜਿਨ੍ਹਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਅੱਡ ਅੱਡ ਮੌਕਿਆਂ 'ਤੇ ਬਰੀਫਿੰਗਸ ਕਰਵਾਈਆਂ, ਮੋਦੀ ਆਉਂਦਾ ਅਮਰੀਕਾ ਦੇ ਵਿੱਚ ਲੈਟਰ ਲਿਖਿਆ ਜਾਂਦਾ ਉਹਨੂੰ ਰੀਡ ਕਰਦੇ ਨੇ, ਔਰ ਜੂਡੀ ਚੌ ਤੋਂ ਬਾਅਦ ਦੂਸਰਾ ਜਿਹੜਾ ਕੋ ਚੇਅਰ ਡੈਮੋਕ੍ਰੈਟਾਂ ਵੱਲੋਂ ਇਸ ਦੇ ਬਣੇ ਉਹ ਜੌਨ ਗਰਮੰਡੀ, ਔਰ ਜੌਨ ਗਰਮੰਡੀ ਇੱਕ ਸੀਜ਼ਨਡ ਪੋਲੀਟੀਸ਼ੀਅਨ ਹੈ, ਲੈਫਟੀਨੈਂਟ ਜਨਰਲ ਲੈਫਟੀਨੈਂਟ ਗਵਰਨਰ ਵੀ ਰਿਹਾ, ਕੈਲੀਫੋਰਨੀਆ ਦਾ ਅਸੈਂਬਲੀਮੈਨ ਵੀ ਰਿਹਾ, ਹੁਣ ਕਈ ਟਰਮਸ ਤੋਂ ਕਾਂਗਰਸਮੈਨ ਵੀ ਹੈ, ਔਰ ਕਿਉਂਕਿ ਉਹਦੇ ਹਲਕੇ ਦੇ ਵਿੱਚ ਯੂਬਾ ਸਿਟੀ ਤੋਂ ਲੈ ਕੇ ਆਲਮੋਸਟ ਐਲ ਸਬਰਾਂਟੇ ਤੱਕ ਜਿਹਦੇ 'ਚ ਡੈਵਿਸ ਸਿਟੀ, ਇਹ ਸਾਰੇ ਆਉਂਦੇ ਨੇ। ਜਿਹੜੀ ਸਿੱਖ ਬੈਲਟ ਹੈ, ਐਗਰੀਕਲਚਰ ਬੈਲਟ ਹੈ, ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਔਰ ਜਦੋਂ ਪਹਿਲੀ ਕਾਂਗਰਸ ਵੋਮੈਨ ਕਮਜ਼ੋਰੀ ਵੀ ਦਿਖਾ ਰਹੀ ਸੀ, ਇਹ ਬੜਾ ਜ਼ਰੂਰੀ ਸੀ ਕਿ ਇੱਕ ਪਾਵਰਫੁਲ ਕਰੈਕਟਰ ਜੌਨ ਗਰਮੰਡੀ ਵਰਗਾ, ਜਿਹੜਾ ਕਿ ਦੇਖੋ ਅਸੀਂ ਇੱਥੇ ਸਿਰਫ ਅਮਰੀਕਨਾਂ ਸਾਹਮਣੇ ਹੀ ਆਪਣੀ ਗੱਲ ਕਰਨ ਦਾ ਸਾਡਾ ਜਿਹੜਾ ਉਨਾ ਕੁ ਚਾਰਟਰ ਨਹੀਂ ਹੈ, ਸਾਡਾ ਇੰਡੀਅਨ ਪ੍ਰੈਸ਼ਰ ਨੂੰ ਰੈਜ਼ਿਸਟ ਕਰਨਾ, ਕਿਉਂਕਿ ਇੰਡੀਅਨਸ ਤਾਂ ਚਾਹੁੰਦੇ ਨੇ ਕਿ ਭਾਈ ਉਹ ਉੱਥੇ ਜ਼ੁਲਮ ਕਰਦੇ ਰਹਿਣ, ਇੱਥੇ ਉਹਨਾਂ ਦੀ ਕੋਈ ਆਵਾਜ਼ ਨਾ ਬਣੇ। ਔਰ ਇਸ ਪੀਰੀਅਡ ਦੇ ਵਿੱਚ ਇਹ ਜਿਹੜੀ ਯੂ ਐੱਸ ਕਾਂਗਰੈਸ਼ਨਲ ਸਿੱਖ ਕੌਕਸ, ਜਿਹਦੇ 'ਚ ਜਿੱਥੇ ਅਸੀਂ ਬਹੁਤ ਸਾਰੇ ਇੰਡੀਵਿਜੂਅਲਸ ਔਰਗਨਾਈਜੇਸ਼ਨਸ ਦੀ ਦੇਣ ਹੈ, ਮੈਂ ਸਮਝਦਾ ਵੀ ਇਸ ਦੇ ਵਿੱਚ ਡਾਕਟਰ ਬਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਹਰਪ੍ਰੀਤ ਸਿੰਘ ਸੰਧੂ ਜਿਨ੍ਹਾਂ ਨੇ ਫਰੈਂਡਸ ਆਫ ਸਿੱਖ ਕੌਕਸ ਦੇ ਤੌਰ 'ਤੇ, ਔਰ ਵਾਸ਼ਿੰਗਟਨ ਦੇ ਵਿੱਚ ਸਿੱਖ ਕੌਕਸ ਦਾ ਕਮਿਟੀ ਵੱਲੋਂ ਫੇਸ ਹਰਪ੍ਰੀਤ ਸਿੰਘ ਸੰਧੂ ਨੇ, ਔਰ ਡਾਕਟਰ ਇਕਦਾਰ ਕਰਾਮਤ ਚੀਮਾ, ਬੇਸ਼ੱਕ ਜਿਨ੍ਹਾਂ ਦਾ ਰੁਤਬਾ ਵੱਡਾ ਹੈ ਉਹ ਯੂ ਐੱਨ ਦੇ ਵਿੱਚ ਐਜ਼ ਏ ਐਡਵਾਈਜ਼ਰ ਉਹਨਾਂ ਦਾ ਰੋਲ ਹੈ ਇਸ ਸਾਰੇ 'ਚ ਹਿਊਮਨ ਰਾਈਟਸ ਮੁੱਦਿਆਂ 'ਤੇ ਜਾਂ ਜੈਨੋਸਾਈਡ ਮੁੱਦੇ 'ਤੇ, ਪਰ ਉਹ ਇੱਕ ਗਾਈਡਿੰਗ ਫੈਕਟਰ ਵੀ ਨੇ, ਔਰ ਜਿੰਨਾ ਉਹ ਸਿੱਖ ਕੌਮ ਨਾਲ ਮੁਹੱਬਤ ਕਰਦੇ ਨੇ ਉਹਨਾਂ ਦੀ ਗਾਈਡੈਂਸ ਦੇ ਥੱਲੇ ਕਾਫੀ ਕੁਛ ਇਹਨਾਂ 6 ਸਾਲਾਂ ਦੇ ਵਿੱਚ ਅਚੀਵ ਹੋਇਆ। ਇਹ ਤਾਂ ਮੈਂ ਨਹੀਂ ਕਹਾਂਗਾ ਕਿ ਜੋ ਅਸੀਂ ਚਾਹੁੰਦੇ ਹਾਂ, ਮੇਰੀ ਵੀ ਇਹ ਤਾਂ ਚਾਹਨ ਹੈ ਵੀ ਕੱਲ੍ਹ ਨੂੰ ਸਾਡੀ ਇੰਨੀ ਪਾਵਰਫੁਲ ਕੌਕਸ ਹੋਏ ਕਿ ਭਾਈ ਉਹ ਪਾਸ ਕਰਨ ਕਿ ਭਾਈ ਹੁਣ ਸਿੱਖਾਂ ਨੂੰ ਤੁਸੀਂ ਮੁਲਕ ਲੈ ਕੇ ਦਿਓ, ਪਰ ਅਸੀਂ ਸਮਝਦੇ ਹਾਂ ਕਿ ਜਿਸ ਲਿਮਿਟਿਡ ਪੈਰਾਮੀਟਰ ਦੇ ਵਿੱਚ ਜਦੋਂ ਵੀ ਕੋਈ ਔਰਗਨਾਈਜੇਸ਼ਨ ਆਪਣਾ ਸਟਾਰਟ ਆਫ ਕਰਦੀ ਹੈ ਉਸ ਦੇ ਨਾਲ ਇਖਤਲਾਫਾਤ ਹੋ ਸਕਦੇ ਨੇ, ਕੰਮ ਕਰਨ ਦੇ ਢੰਗ ਨਾਲ ਵੀ ਹੋ ਸਕਦੇ ਨੇ, ਪਰ ਮੈਂ ਸਮਝਦਾ ਵੀ ਇਹ ਇੱਕ ਐਪਰੀਸ਼ੀਏਟਿਵ ਪਾਰਟ ਸਾਡੇ ਲਈ ਬੜਾ ਜ਼ਰੂਰੀ ਹੈ। ਔਰ ਜੇ ਜੌਨ ਗਰਮੰਡੀ ਦੀ ਕਮਾਂਡ ਥੱਲੇ ਉਹਨਾਂ ਦੇ ਕੋ ਚੇਅਰ ਹੁੰਦੇ ਆ ਡੈਮੋਕ੍ਰੈਟਾਂ ਵੱਲੋਂ ਜਿਹੜੇ ਉਹਨਾਂ ਦੇ ਕੰਮ ਨੇ, ਔਰ ਹੁਣੀ ਜਦੋਂ ਕਿ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਦੇ ਮੌਕੇ ਦੇ ਉੱਤੇ ਯੂਨਾਈਟਿਡ ਸਿੱਖਸ ਨੇ ਇੱਕ ਪੂਰਾ ਵੈਬੀਨਾਰ ਕਰਵਾਇਆ ਜਿਹਦੇ 'ਚ 25-30 ਡਿਸਟਿੰਗੁਇਸ਼ਡ ਜਿਹੜੇ ਲਾਅ ਮੇਕਰ ਨੇ ਉਹਦੇ ਦੂਸਰੇ ਉਹਦੇ 'ਚ ਜਿਹੜੀ ਉਹਨਾਂ ਦੀ ਸਪੀਚ ਹੈ ਜੌਨ ਗਰਮੰਡੀ ਦੀ ਉਹ ਰਿਮਾਰਕੇਬਲ ਹੈ। ਹੁਣ ਵੀ ਫਾਰਮਰਸ ਇਸ਼ੂ ਦੇ ਉੱਤੇ ਉਹਨਾਂ ਨੇ, ਮੇਰੇ ਕੋਲ ਵਕਤ ਨਹੀਂ ਹੈ ਮੈਂ ਇਹ ਸਾਰਾ ਸਾਂਝਾ ਕਰ ਸਕਦਾ, ਐਂਬੈਸਡਰ ਇੰਡੀਆ ਦੇ ਨੂੰ ਲੈਟਰ ਲਿਖਿਆ ਜਿਹੜਾ ਕਾਫੀ ਪਾਵਰਫੁਲ ਲੈਟਰ ਹੈ, ਔਰ ਇਹਦੇ ਇਸ ਤੋਂ ਬਿਨਾਂ ਜਿਹੜੇ ਉਹਨਾਂ ਨੇ ਜਦੋਂ ਯੂ ਐੱਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਉਹਨਾਂ ਨੇ ਨੂੰ ਜਦੋਂ ਉਹਨਾਂ ਨੇ ਰਿਪੋਰਟ ਦਿੱਤੀ ਔਰ ਬਰੀਫਿੰਗ ਸੀ ਕਿ ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦੇ ਨਾਲ ਕੀ ਹੋ ਰਿਹਾ, ਸੋ ਉਹਦੇ 'ਚ ਜੌਨ ਗਰਮੰਡੀ ਨੇ ਕੋਲੈਬੋਰੇਟ ਕੀਤਾ ਵੈਰੀ ਕਲੋਜ਼ਲੀ ਕਿ ਭਾਈ ਕੀ ਹੋਣਾ ਚਾਹੀਦਾ। ਜੂਨ 2015 ਦੀ ਗੱਲ ਹੈ, ਸੋ ਅਜੇ ਵਿਦਇਨ 1 ਈਅਰ ਜਦੋਂ ਉਹ ਬਣਦੇ ਨੇ ਉਹਨਾਂ ਨੇ ਯੂ ਐੱਸ ਸਰਫ ਦੇ ਨਾਲ ਕੋਲੈਬੋਰੇਟ ਕਰਕੇ ਜਿਹੜਾ ਉਹ ਬਰੀਫਿੰਗ ਕਰਵਾਈ ਵਾਇਲੇਸ਼ਨਸ ਆਫ ਮਾਈਨੋਰਿਟੀ ਰਾਈਟਸ ਇਨ ਇੰਡੀਆ। ਫਿਰ ਉਹਨਾਂ ਨੇ ਜਦੋਂ ਮੋਦੀ ਇੱਥੇ ਵਿਜ਼ਿਟ ਕਰਦਾ ਨਾ ਉਸੇ ਸਾਲ, ਅਤੇ ਜਿਹੜਾ ਲੈਟਰ ਲਿਖਿਆ ਗਿਆ ਕਿ ਭਾਈ ਉੱਥੇ ਹੋ ਕੀ ਰਿਹਾ ਮਾਈਨੋਰਿਟੀਜ਼ ਨਾਲ, ਉਹਨੂੰ ਵੀ ਜਿਹੜਾ ਲੀਡ ਕੀਤਾ ਜੌਨ ਗਰਮੰਡੀ ਨੇ। ਔਰ ਇਸੇ ਤਰ੍ਹਾਂ ਜਦੋਂ 2015 ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਸੈਕਟਰੀ ਆਫ ਸਟੇਟ ਨੂੰ ਜੌਨ ਗਰਮੰਡੀ ਲਿਖਦੇ ਨੇ ਕਿ ਭਾਈ ਦੇਖੋ ਇਹ ਇਹਦਾ ਇਸ ਦੇ ਉੱਤੇ ਐਕਟ ਕਰੋ ਕਿ ਵੀ ਇਹ ਸਿੱਖਾਂ ਦੀ ਜਿਹੜੀ ਰਿਲੀਜੀਅਸ ਐਟਰਨਲ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਬੇਹੁਰਮਤੀ ਹੋ ਰਹੀ ਹੈ। ਫਿਰ ਇੱਕ ਵੱਡਾ ਇਸ਼ੂ ਸੀ ਕਿ ਭਾਈ ਸਿੱਖਾਂ ਨੂੰ ਦਸਤਾਰ ਦੇ ਨਾਲ ਫੌਜ ਦੇ ਵਿੱਚ ਸਰਵ ਕਰਨ ਦਾ ਜਿਹੜਾ ਮੌਕਾ ਹੋਣਾ ਚਾਹੀਦਾ, ਇਹਦੇ 'ਤੇ ਉਹਨਾਂ ਨੇ ਬਰੀਫਿੰਗ ਅਰੇਂਜ ਕੀਤੀ, ਉਹਦੇ 'ਚ ਮੈਂ ਵੀ ਗਿਆ ਔਰ ਮੈਂ ਦੇਖਿਆ ਵੀ ਉਹਦੇ 'ਚ ਜਿਹੜਾ
ਈਵਨ ਯੂਕੇ ਦੀ ਐਮਬੈਸੀ ਦੇ ਵਿੱਚ ਉਹਨਾਂ ਦਾ ਮਿਲਟਰੀ ਅਟੈਚੀ ਸੀ ਬ੍ਰਿਗੇਡੀਅਰ ਰੈਂਕ ਦਾ, ਉਹ ਵੀ ਆਏ, ਡਾਕਟਰ ਚੀਮਾ ਵੀ ਆਏ, ਉਹਨਾਂ ਦੇ ਅਨੁਸਾਰ ਇੰਦਰਜੀਤ ਸਿੰਘ ਜਿਹੜੇ ਇੰਡੀਅਨ ਏਅਰਫੋਰਸ ਦੇ ਵਿੱਚ ਏਅਰ ਮਾਰਸ਼ਲ ਰਹੇ ਸੀ, ਉਹਨਾਂ ਨੇ ਵੀ ਆ ਕੇ ਟੈਸਟੀਫਾਈ ਕੀਤਾ। ਸੋ ਇਹ ਵੀ ਜਿਹੜੀ ਹੈ ਇਹ ਜੌਨ ਗਰਮੰਡੀ ਦੀ ਕਮਾਂਡ ਥੱਲੇ ਹੋਇਆ, ਔਰ ਉਹਨਾਂ ਨੇ ਦੋ ਵਾਰ ਜਿਹੜੇ ਹੁਣ ਤਾਂ ਉਹ ਉਹਨਾਂ ਦੀ ਟਰਮ ਖਤਮ ਹੋ ਗਈ, ਅੰਡਰ ਸੈਕਟਰੀ ਜਨਰਲ ਸੀ, ਰਿਮਾਰਕੇਬਲ ਮੈਨ, ਜਿਹੜਾ ਜੈਨੋਸਾਈਡ ਦੇ ਉੱਤੇ ਜਿਹੜਾ UN ਦਾ ਕਰਤਾ ਧਰਤਾ ਸੀ, ਦੋ ਵਾਰ ਉਹਨਾਂ ਨੂੰ ਇਨਵਾਈਟ ਕੀਤਾ ਬਰੀਫਿੰਗ ਦੇ ਲਈ। ਸੋ ਮੈਂ ਸਮਝਦਾ ਹਾਂ ਵੀ ਇਹ ਰਿਮਾਰਕੇਬਲ ਪਾਰਟ ਹੈ, ਔਰ ਅੱਜ ਜਦੋਂ ਕਿ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਦੁਪਹਿਰੇ ਜਿਹੜਾ ਡੇਵਿਸ ਸ਼ਹਿਰ ਹੈ ਜਿੱਥੇ ਉਹਨਾਂ ਦਾ ਆਫਿਸ ਹੈ, ਉਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ, ਔਰ ਅਮੈਰੀਕਨ ਸਿੱਖ ਕੌਕਸ ਕਮੇਟੀ ਦੇ ਥੱਲੇ ਇਹ ਪ੍ਰੈਸ ਕਾਨਫਰੰਸ ਹੋਈ, ਔਰ ਉਹਨੂੰ ਜ਼ਾਹਰ ਹੈ ਕਿ ਵੀ ਉਹਦੇ 'ਚ ਕਾਫੀ ਜਿਹੜੇ ਨੇ ਅਟੈਂਡੀ ਸਨ, ਔਰ ਮੈਂ ਇਹ ਸਾਨੂੰ ਜਿਹੜੀ ਮੀਡੀਆ ਐਡਵਾਈਜ਼ਰੀ ਮਿਲੀ ਹੈ ਉੱਥੋਂ, ਉਹਦੇ 'ਚ ਉਹਨਾਂ ਨੇ ਜਿਹੜਾ ਮੇਨ ਮੁੱਦਾ ਹੀ ਇਹ ਸੀ, ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤਾਂ ਕਿ ਜਿਹੜਾ ਫੰਡਾਮੈਂਟਲ ਰਾਈਟਸ ਨੇ ਇਸ ਦੇ, ਕਿਉਂਕਿ ਫਾਰਮਰ ਇਸ਼ੂ ਇਸ ਵੇਲੇ ਮੇਨ ਇਸ਼ੂ ਹੈ ਕਿ ਵੀ ਇਹ ਜਿਹੜੇ ਦੀਜ਼ ਰਾਈਟਸ ਆਰ ਬੀਂਗ ਡਿਨਾਈਡ ਟੂ ਫਾਰਮਰਸ ਹੂ ਆਰ ਹੋਲਡਿੰਗ ਏ ਪ੍ਰੋਟੈਸਟ ਫਾਰ ਦਾ ਲਾਈਵਲੀਹੁੱਡ ਐਂਡ ਸਰਵਾਈਵਲ ਆਫ ਦੇਅਰ ਫੈਮਿਲੀਜ਼। ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਿਵੇਂ 3 ਲੱਖ ਤੋਂ ਜ਼ਿਆਦਾ ਕਿਸਾਨ ਬੈਠੇ ਨੇ, ਔਰ ਇਹ ਉਹਨਾਂ ਨੇ ਇਹ ਥੈਂਕ ਯੂ ਕੀਤਾ ਅਮੈਰੀਕਨ ਸਿੱਖ ਕਾਂਗਰੈਸ਼ਨਲ ਕੌਕਸ ਦਾ, ਔਰ ਉਹਨਾਂ ਦੇ ਖਾਸ ਤੌਰ 'ਤੇ ਕੋ ਚੇਅਰ ਰਿਪ੍ਰੈਜੈਂਟੇਟਿਵ ਜੌਨ ਗਰਮੰਡੀ ਦਾ, ਕਿ ਭਾਈ ਉਹਨਾਂ ਨੇ ਇਸ ਇਸ਼ੂ ਨੂੰ ਐਡਰੈਸ ਕੀਤਾ। ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹਦੀਆਂ ਸਾਨੂੰ ਅਜੇ ਕਲਿਪਿੰਗਸ ਨਹੀਂ ਮਿਲੀਆਂ ਉਹਨਾਂ ਨੂੰ, ਹਾਲਾਂਕਿ ਅਸੀਂ ਐਕਸਪੈਕਟ ਕਰਦੇ ਸੀ ਜੇ ਆ ਜਾਂਦਾ ਤਾਂ ਅਸੀਂ ਨਾਲ ਦਿਖਾ ਦਿੰਦੇ, ਪਰ ਸ਼ਾਇਦ ਉਹਨਾਂ ਨੂੰ TV 84 ਇੰਪੋਰਟੈਂਟ ਨਹੀਂ ਲੱਗਾ ਹੋਣਾ ਕਿ ਭਾਈ ਉਹਨਾਂ ਤੱਕ ਵੀ ਅਸੀਂ ਪਹੁੰਚਾਈਏ, ਔਰ ਬਾਕੀ ਦੂਸਰੇ ਮੀਡੀਆ ਨੇ ਉੱਥੇ ਕਵਰ ਕੀਤਾ। ਉਹਦੇ 'ਚ ਜਿਹੜੇ ਅੱਜ ਵਾਲੇ 'ਚ ਲੋਕਲ ਰਿਪ੍ਰੈਜੈਂਟੇਟਿਵ ਸੀ, ਸੁਪਰਵਾਈਜ਼ਰ ਕਰਮ ਸਿੰਘ ਬੈਂਸ, ਇਹ ਸਟਰ ਕਾਉਂਟੀ ਡਿਸਟ੍ਰਿਕਟ 4 ਤੋਂ ਸੁਪਰਵਾਈਜ਼ਰ ਨੇ, ਮੇਅਰ ਬੌਬੀ ਸਿੰਘ ਇਹ ਐਲ ਗਰੋਵ ਸਿਟੀ ਦੇ ਮੇਅਰ ਨੇ, ਵਾਈਸ ਮੇਅਰ ਪੌਲ ਸਿੰਘ ਸੰਧੂ ਸਿਟੀ ਆਫ ਗੈਲਟ ਦੇ ਵਾਈਸ ਮੇਅਰ ਨੇ, ਸੁਪਰਵਾਈਜ਼ਰ ਮਨੀ ਸਿੰਘ ਗਰੇਵਾਲ ਇਹ ਸਟੈਨਿਸਲਾਸ ਕਾਉਂਟੀ ਡਿਸਟ੍ਰਿਕਟ 4 ਦੇ ਸੁਪਰਵਾਈਜ਼ਰ ਨੇ, ਮੇਅਰ ਸੰਨੀ ਸਿੰਘ ਧਾਲੀਵਾਲ ਇਹ ਲੈਥਰੋਪ ਸਿਟੀ ਦੇ ਸ਼ਾਇਦ 3rd-4th ਵਾਰ ਮੇਅਰ ਬਣੇ ਨੇ, ਬੜਾ ਪੰਥਕ ਸੋਚ ਵਾਲਾ ਨੌਜਵਾਨ ਹੈ, ਕੌਂਸਲ ਮੈਂਬਰ ਰਾਜ ਸਿੰਘ ਚੈਨ ਇਹ ਸਿਟੀ ਆਫ ਸੈਂਟਾ ਕਲੈਰਾ ਦੇ ਨੇ, ਔਰ ਇਸੇ ਤਰ੍ਹਾਂ ਕੌਂਸਲ ਮੈਂਬਰ ਗੈਰੀ ਸਿੰਘ ਮੈਂਟੀਕਾ ਤੋਂ, ਕੌਂਸਲ ਮੈਂਬਰ ਮਾਈਕੀ ਸਿੰਘ ਹੋਠੀ ਸਿਟੀ ਆਫ ਲੋਡਾਈ ਤੋਂ, ਬੋਰਡ ਆਫ ਟਰਸਟੀਜ਼ ਦੇ ਜਗ ਸਿੰਘ ਬੈਂਸ, ਬੋਰਡ ਆਫ ਡਾਇਰੈਕਟਰ ਹੈਰੀ ਸਿੰਘ ਢਿੱਲੋਂ ਮਾਊਂਟੇਨ ਹਾਊਸ ਕਮੇਟੀ ਸਰਵਿਸ ਡਿਸਟ੍ਰਿਕਟ, ਔਰ ਫਾਰਮਰ ਕਸ਼ਮੀਰ ਸਿੰਘ ਗਿੱਲ ਇਹ ਯੂਬਾ ਸਿਟੀ ਦੇ ਮੇਅਰ ਰਹੇ ਨੇ, ਇਹ ਵੀ ਇਹਦੇ 'ਚ ਸਨ, ਤੇਜ ਸਿੰਘ ਮਾਨ ਸਿਟੀ ਆਫ ਯੂਬਾ ਸਿਟੀ, ਕੌਂਸਲ ਮੈਂਬਰ ਬਿਲ ਸਿੰਘ ਨਿੱਜਰ। ਸੋ ਇਹ ਇੱਕ ਮੈਂ ਬਾਕੀ ਰਹਿ ਗਏ ਨੇ 2-3 ਨਾਂ, ਸਿਟੀ ਆਫ ਕਰਮਨ ਤੋਂ ਸਾਬਕਾ ਮੇਅਰ ਰਾਜ ਸਿੰਘ ਧਾਲੀਵਾਲ, ਔਰ ਜ਼ਾਹਰ ਹੈ ਹਰਪ੍ਰੀਤ ਸਿੰਘ ਸੰਧੂ ਜਿਹਨਾਂ ਨੇ ਇਸ ਦੇ ਵਿੱਚ ਪ੍ਰੋਮੀਨੈਂਟ ਰੋਲ ਅਦਾ ਕੀਤਾ ਹੈ ਸਾਰੇ ਇਸ ਕਾਂਗਰੈਸ਼ਨਲ ਕੌਕਸ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਇਹਦੇ 'ਚ ਠੀਕ ਹੈ ਕਿ ਐਕਸਪੈਕਟੇਸ਼ਨਸ ਸਾਡੀਆਂ ਬਹੁਤ ਜ਼ਿਆਦਾ, ਬਹੁਤ ਵਾਰ ਸਾਨੂੰ ਸਾਡੇ ਵਿਊਰ ਵੀ ਇਹ ਲਿਖਣਗੇ ਕਿ ਜੀ ਕਿਉਂ ਨਹੀਂ ਇੰਨਾ ਜ਼ੁਲਮ ਸਾਡੇ 'ਤੇ ਹੋ ਰਿਹਾ, ਕਿਉਂ ਨਹੀਂ ਅਮਰੀਕਾ ਇੰਟਰਵੀਨ ਕਰਦਾ, ਕਈ ਕਹਿਣਗੇ UN ਕਿੱਥੇ ਬੈਠੀ ਹੈ। ਬਹੁਤ ਸਾਰਿਆਂ ਨੂੰ ਪਤਾ ਨਹੀਂ ਹੈ ਵੀ ਸਿਸਟਮ ਵਰਕ ਕਿਵੇਂ ਕਰਦਾ, ਔਰ ਜਿੰਨੇ ਕੁ ਸਾਡੇ ਕੋਲ ਸਾਧਨ ਨੇ ਸਿੱਖ ਕੌਮ ਦੇ ਨਾਤੇ, ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ ਉਹ ਕਿਸ ਹੱਦ ਤੱਕ ਕਮੀਨਾ, ਕਿਸ ਹੱਦ ਤੱਕ ਰਿਸੋਰਸਫੁੱਲ ਹੈ, ਕਿਸ ਹੱਦ ਤੱਕ ਉਹ ਜਾਂਦੇ ਨੇ, ਅਸੀਂ ਉਹਨਾਂ ਨੂੰ ਕਾਊਂਟਰ ਕਰ ਰਹੇ ਹਾਂ ਬਿਨਾਂ ਮੁਲਕ ਤੋਂ। ਬਿਲਕੁਲ, ਔਰ ਉਹਦੇ 'ਚ ਜ਼ਾਹਰ ਹੈ ਪੋਲੀਟੀਸ਼ੀਅਨ ਹਰ ਮੁਲਕ ਦਾ ਪੋਲੀਟੀਸ਼ੀਅਨ ਹੁੰਦਾ, ਉਹ ਇਹ ਵੀ ਦੇਖਦਾ ਉਹਦੀਆਂ ਵੋਟਾਂ ਕਿੱਥੇ ਨੇ, ਉਹ ਇਹ ਵੀ ਦੇਖਦਾ ਉਹਨੂੰ ਕੰਟਰੀਬਿਊਸ਼ਨ ਕਿੱਥੋਂ ਆ ਰਹੀ ਹੈ, ਡਾਲਰ ਕਿੱਥੋਂ ਆ ਰਹੇ ਨੇ। ਸੋ ਅਸੀਂ ਹਰ ਚੀਜ਼ 'ਚ ਮੈਚ ਨਹੀਂ, ਕੁਛ ਹੁੰਦੇ ਨੇ ਜਿਹੜੇ ਸਿਰਫ ਮੋਰਲ ਗਰਾਊਂਡ 'ਤੇ, ਹੁਣ ਜਿਵੇਂ ਡੈਨ ਬਲਟਨ ਕਾਂਗਰਸਮੈਨ ਇੰਡੀਆਨਾ ਤੋਂ ਸੀ ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਸੀ, ਪਰ ਉਹਨਾਂ ਜ਼ਮਾਨਿਆਂ ਦੇ ਵਿੱਚ ਅਮਰੀਕਨ ਪੋਲੀਟਿਕਸ ਪ੍ਰੋ ਇੰਡੀਆ ਨਹੀਂ ਸੀ, ਰਿਪਬਲਿਕਨ ਖਾਸ ਤੌਰ 'ਤੇ ਨਿਕਸਨ ਦੇ ਜ਼ਮਾਨੇ ਤੋਂ ਲੈ ਕੇ ਅਸੀਂ ਦੇਖਦੇ ਹਾਂ, ਉਹ ਤਾਂ ਵੈਸੇ ਹੀ ਨਹੀਂ ਸੀ ਚਾਹੁੰਦੇ ਹੁੰਦੇ ਇੱਥੇ ਕਿ ਵੀ ਕੋਈ ਅਮਰੀਕਨ ਟੈਕਸਪੇਅਰ ਮਨੀ ਬਾਹਰਲਿਆਂ ਨੂੰ ਮਦਦ ਲਈ ਜਾਏ, ਡੈਮੋਕਰੈਟ ਸ਼ੁਰੂ ਤੋਂ ਹੀ ਪ੍ਰੋ ਇੰਡੀਆ ਰਹੇ ਨੇ। ਲੇਕਿਨ ਤੁਸੀਂ ਦੇਖੋ ਕਿ 9/11 ਨੇ ਬਹੁਤ ਕੁਛ ਬਦਲ ਦਿੱਤਾ, ਔਰ 9/11 ਦਾ ਇੱਕ ਇੰਪੈਕਟ ਇਹ ਸੀ ਕਿ ਓਵਰ ਨਾਈਟ ਫਰੀਡਮ ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਹ ਤਿੰਨੋਂ ਟਰਮਸ ਦੀ ਇੱਕੋ ਹੀ ਟਰਮ ਰਹਿ ਗਈ, ਟੈਰਰਿਸਟ।
ਇਸ ਲਈ ਐਕਸਕਲੂਸਿਵ ਪੋਲੀਟੀਕਲ ਏਜੰਡੇ ਦੇ ਉੱਤੇ ਕੋਈ ਵੀ ਤੁਹਾਡੇ ਨਾਲ ਔਰ ਜਿਹਦੇ ਨਾਲ ਇੰਡੀਅਨਸ ਨੇ ਜਿਸ ਕਿਸਮ ਦਾ ਨੈਗੇਟਿਵ ਪ੍ਰਚਾਰ ਕੀਤਾ ਹੋਏ, ਇਹ ਸਾਡੀ ਬਿਗਨਿੰਗ ਹੈ। ਮੈਂ ਹੋਪ ਕਰਦਾ ਕਿ ਵੀ ਜਿਵੇਂ US ਕਾਂਗਰੈਸ਼ਨਲ ਸਿੱਖ ਕੌਕਸ ਦਾ 6 ਸਾਲ ਦਾ ਸਫ਼ਰ ਹੈ, ਇਹਨੂੰ ਜੇ ਅੱਗੇ ਤੁਰੇਗਾ, ਮੈਕਸੀਮਮ ਕੋਆਪਰੇਸ਼ਨ ਹੋਏ, ਜੇ ਸਾਡੇ ਮਤਭੇਦ ਵੀ ਹੁੰਦੇ ਨੇ ਅਸੀਂ ਬੰਦ ਦਰਵਾਜ਼ਾ ਕਰਕੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਮਝਾਈਏ, ਜਿਹੜਾ ਬਾਹਰ ਮੈਸੇਜ ਹੈ ਉਹ ਸਾਡਾ ਯਕਜ਼ੈਤੀ ਦਾ, ਸੋਲੀਡੈਰਿਟੀ ਦਾ, ਇਕਮੁੱਠਤਾ ਦਾ ਜਾਣਾ ਚਾਹੀਦਾ। ਅਤੇ ਜੇ ਅਸੀਂ ਆਪਣੀ ਡਰਟੀ ਲਾਂਡਰੀ ਵੀ ਜਿਹੜੀ ਹੈ ਉਹ ਪਰੇ ਦੇ ਵਿੱਚ ਖਿਲਾਰਾਂਗੇ ਤਾਂ ਉਹ ਕੌਮੀ ਨੁਕਸਾਨ ਹੁੰਦਾ ਹੈ। ਸੋ ਮੈਂ ਹਮੇਸ਼ਾ ਹੀ ਐਡਮਾਇਰ ਕਰਦਾ ਕਿ ਜਿਹੜਾ ਵੀ ਜਿੱਥੇ ਵੀ ਕੋਈ ਐਫਰਟ ਕਰਦਾ, ਹੁਣ ਬਹੁਤ ਵਾਰ ਇਹ ਕਿਸਾਨ ਐਜੂਟੇਸ਼ਨ ਦੇ ਹਵਾਲੇ ਨਾਲ ਵੀ ਕਈਆਂ ਦੇ ਕੰਸਰਨ ਸੀ, ਪਰ ਮੇਰਾ ਇਹ ਕਹਿਣਾ ਸੀ ਕਿ ਕੋਈ ਗੱਲ ਨਹੀਂ, ਜਿਹੜੇ ਯੰਗਸਟਰਸ ਆ ਰਹੇ ਨੇ ਬਹੁਤ ਸਾਰੇ ਜਿਹਨਾਂ ਨੂੰ ਪਤਾ ਨਹੀਂ ਹੈ, ਉਹ ਤਾਂ ਨਵੇਂ 20-25 ਸਾਲ ਦੀਆਂ ਉਮਰਾਂ ਵਾਲੇ ਨੇ, ਉਹਨਾਂ ਨੇ ਸਾਡੇ ਵਾਲਾ ਜ਼ਮਾਨਾ ਨਹੀਂ ਦੇਖਿਆ ਹੋਇਆ, ਉਹਨਾਂ ਨੂੰ ਨਹੀਂ ਪਤਾ ਹੈ ਵੀ ਖਾਲਿਸਤਾਨ ਦੇ ਕਾਨਸੈਪਟ ਦੇ ਨਾਲ ਕੀ ਜੁੜਿਆ ਹੋਇਆ ਹੈ। 1.5 ਲੱਖ ਸ਼ਹੀਦਾਂ ਦਾ ਡੁੱਲਿਆ ਖੂਨ ਹੈ, ਪਰ ਕੋਈ ਨਹੀਂ, ਧਰਤੀ ਦੀ ਪੀੜ ਨੂੰ ਉਹਨਾਂ ਨੇ ਮਹਿਸੂਸ ਕੀਤਾ, ਨਿਕਲੇ ਨੇ। ਅੱਜ ਉਹ ਕਿਸਾਨਾਂ ਦੀ ਗੱਲ ਕਰਦੇ ਨੇ, ਕੱਲ੍ਹ ਨੂੰ ਖਾਲਿਸਤਾਨ ਦੀ ਵੀ ਕਰਨਗੇ। ਸੋ ਮੈਂ ਸਮਝਦਾ ਕਿ ਸਾਡੀ ਇਹ ਅਪਰੋਚ ਹੋਣੀ ਚਾਹੀਦੀ ਹੈ ਕਿ ਭਾਈ ਅਸੀਂ ਜਿੱਥੇ ਜੋ ਵੀ ਕੋਈ ਕੰਮ ਕਰ ਰਿਹਾ ਉਹਦੇ 'ਚ ਅਸੀਂ ਕ੍ਰੀਏਟਿਵ ਸੁਝਾਅ ਵੀ ਦੇਈਏ, ਲੇਕਿਨ ਜਿਹੜਾ ਜੇ ਅਸੀਂ ਕੋਈ ਵੀ ਗੱਲ ਬਿਲਕੁਲ ਸਿਰਫ ਕ੍ਰਿਟੀਸਿਜ਼ਮ ਦੀ ਰੱਖਾਂਗੇ, ਫਿਰ ਤਾਂ ਕਹਾਣੀ ਉਸ ਆਰਟਿਸਟ ਵਾਲੀ ਹੈ ਕਿ ਜਿਹਨੇ ਆਪਣਾ ਸ਼ਾਹਕਾਰ ਇੱਕ ਪੇਂਟਿੰਗ ਐਗਜ਼ੀਬਿਸ਼ਨ 'ਚ ਆ ਕੇ ਲਾ ਦਿੱਤੀ ਅਤੇ ਉਹਨੇ ਕਿਹਾ ਜੀ ਨੁਕਸ ਕੱਢੋ, ਅਤੇ ਉਹਨਾਂ ਨੇ ਜਦੋਂ ਸ਼ਾਮ ਨੂੰ ਆਇਆ ਤਾਂ ਰੋਣ ਲੱਗ ਗਿਆ ਕਿਉਂਕਿ ਸਾਰਿਆਂ ਨੇ ਗੋਲੇ ਲਾ ਲਾ ਕੇ ਜਿਹੜੇ ਆ ਉਹ ਨੁਕਸ ਕੱਢੇ ਹੋਏ ਸੀ, ਔਰ ਉਹਨੂੰ ਬੜਾ ਉਹਨੇ ਬੁਰਾ ਮਹਿਸੂਸ ਕੀਤਾ। ਅਗਲੇ ਦਿਨ ਉਹਨੇ ਜਿਹੜਾ ਉਹ ਜਿਹੜੀ ਸਭ ਤੋਂ ਉਹਦੀ ਰਗੜ ਸੀ ਪੇਂਟਿੰਗ ਉਹ ਟੰਗ ਦਿੱਤੀ, ਉਹਨੇ ਕਿਹਾ ਜੀ ਨੁਕਸ ਠੀਕ ਵੀ ਕਰ ਦਿਓ, ਔਰ ਉਵੇਂ ਹੀ ਟੰਗੀ ਰਹਿ ਗਈ ਸ਼ਾਮ ਨੂੰ, ਕਿਉਂਕਿ ਇਹ ਸੌਖਾ ਹੁੰਦਾ ਜਦੋਂ ਕੋਈ ਕੰਮ ਕਰਦਾ, ਗਲਤੀਆਂ ਵੀ ਹੁੰਦੀਆਂ ਨੇ, ਇਹ ਵੀ ਨਹੀਂ ਹੈ ਕਿ ਕੋਈ ਹਰ ਚੀਜ਼ ਪਰਫੈਕਸ਼ਨ ਦੀ ਹੁੰਦੀ ਹੈ। ਪਰ ਮੈਂ ਹਾਈਲੀ ਐਡਮਾਇਰ ਕਰਦਾ ਕਿ ਜਿਵੇਂ US ਕਾਂਗਰੈਸ਼ਨਲ ਸਿੱਖ ਕੌਕਸ ਨੇ ਇਹਨਾਂ 6 ਸਾਲਾਂ 'ਚ ਜਿਹੜੀ ਹੈ ਸਾਡੀ ਹੋਂਦ ਨੂੰ ਵੀ ਬਰਕਰਾਰ ਰੱਖਿਆ, ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਸ ਕਦਰ ਸਿਚੁਏਸ਼ਨ ਬੋਲਡਨੈਸ ਤੱਕ ਜਾਏ ਕਿ ਇਹ ਕਾਂਗਰੈਸ਼ਨਲ ਸਿੱਖ ਕੌਕਸ ਸਿੱਧੀ ਸਿੱਧੀ ਖਾਲਿਸਤਾਨ ਦੀ ਗੱਲ ਕਰਨ ਦੇ ਸਮਰੱਥ ਹੋਏ, ਹਾਲ ਦੀ ਘੜੀ ਭਾਵੇਂ ਉਹਨਾਂ ਦੀਆਂ ਕੋਈ ਡਿਫਰੈਂਟ ਲੈਵਲ ਦੇ ਉੱਤੇ ਉਹ ਕੰਮ ਕਰ ਰਹੇ ਨੇ, ਸਾਡੀ ਜਿਹੜੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਨੇ, ਬਟ ਵੀ ਹੋਪ ਕਿ ਉਹ ਦਿਨ ਆਏ ਕਿ US ਕਾਂਗਰਸ ਯੂਨੈਨੀਮਸਲੀ ਪਾਸ ਕਰੇ ਕਿ ਵੀ ਅਸੀਂ ਖਾਲਿਸਤਾਨ ਮੁਲਕ ਨੂੰ ਮਾਨਤਾ ਦਿੰਦੇ ਹਾਂ ਦਰਿਆਏ ਜਮਨਾ ਤੋਂ ਵਾਹਗਾ ਤੱਕ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।